ਚੋਰ ਬੜਾ ਕੀ ਚੋਰੀ ਚੋ ਮੋਟਰਸਾਈਕਲ ਲੈ ਕੇ ਜਾ ਰਿਹਾ ਸੀ ਇਹਦੇ ਪਿੱਛੇ ਭੱਜੇ ਤਾਂ ਇਹ ਫੜਿਆ ਗਿਆ ਇਹਦੇ ਕੋਲ ਇੱਕ ਟੀਕਾ ਮਿਲ ਗਿਆ ਇਹ ਟੀਕਾ ਨਸ਼ੇ ਕਰਦਾ ਜੀ ਭੁੱਚੋ ਦਾ ਰਹਿਣ ਵਾਲਾ ਇਹ ਮੰਨ ਗਿਆ ਕਹਿੰਦਾ ਮੈਂ ਇੱਥੋਂ ਦੋ ਵਹੀਕਲ ਚੱਕੇ ਆ ਜਿਹੜੇ ਮੈਂ ਭੁੱਚੋ ਚੌਂਕ ਦੇ ਵਿੱਚ ਸੰਨੀ ਨਾ ਆ ਮੁੰਡਾ ਕਹਿੰਦਾ ਮੈਂ ਉਹਨੂੰ ਵੇਚਿਆ ਬਾਕੀ ਇਹ ਦੱਸੋ ਸਾਰਾ ਗੁਲਾਬ ਦੇ ਮੁੰਡਾ ਸੰਨੀ ਆ ਜੀ ਮੈਂ ਤੇ ਇੱਥੋਂ ਇੱਕ ਵਹੀਕਲ ਚੱਕਿਆ ਜੀ ਇੱਕ ਰੰਗਰੋ ਚੱਕਿਆ ਜੀ ਕੀ ਚੱਕਿਆ ਮੋਟਰਸਾਈਕਲ ਜੀ ਇੱਕ ਉਹ ਚੋਰੀਆਂ ਜਿਹੜੀਆਂ ਕਰਦਾ ਕੀ ਗੱਲ ਨਸ਼ੇ ਕਰਦੇ ਫਿਰ ਹਾਂਜੀ ਕਿੰਨੀ ਉਮਰ ਹੈ ਬੇਟਾ ਤੇਰੀ ਮੇਰੀ ਜੀ 15 ਸਾਲ ਦੀ ਚੰਗੀ ਤਰ੍ਹਾਂ ਬਣਾਓ ਵੀਡੀਓ ਕਾਹਤੋਂ ਕਰਦੇ ਇਹ ਹਾਂਜੀ ਕਿਉਂ ਕਰਦੇ ਨੇ ਮੇਰੀ ਕਿਉਂ ਚੱਕਦੇ ਮੰਮੀ ਹੈ ਨਹੀਂ ਕਿਤੇ ਇੱਕ ਮੇਰਾ ਭਾਈ ਹੈ ਕਿਸ ਡੈਡੀ ਹੈ ਜੀ ਅੱਛਾ ਜੀ ਇਸ ਤੋਂ ਪਹਿਲਾਂ ਕਿੰਨੇ ਚੱਕੇ ਆ ਹਾਂਜੀ ਇਸ ਤੋਂ ਪਹਿਲਾਂ ਆਹੀ ਸਿੰਘ ਸਭਾ ਗੁਰਦੁਆਰੇ ਕੋਲੋਂ ਮੋਬਾਈਲ ਵੀ ਕਹਿੰਦੇ ਕਿਨੇ ਕੋਲ ਖੋਇਆ ਜਿਹੜਾ ਮੋਬਾਈਲ ਤੋਂ ਕੋਈ ਪਰਸੋਂ ਚੌਕੇ ਕਰਕੇ ਕਿਲੇ ਕੋਲ ਮੈਂ ਮੱਥਾ ਟੇਕਣ ਗਿਆ ਸੀ ਮਤਲਬ ਦੁਆ ਗੁਰਦੁਆਰੇ ਜਾਣੋ ਵੀ ਹਟ ਗਿਆ ਕਿਲੇ ਕੋਲ ਮੈਂ ਮੱਥਾ ਟੇਕਣ ਗਿਆ ਸੀ ਤੇ ਦੋ ਜਣੇ ਮੋਟਰਸਾਈਕਲ ਤੇ ਮੋਬਾਈਲ ਖੋ ਕੇ ਭੱਜ ਗਏ ਤੇ ਮੈਂ ਸਿਆਣ ਵੀ ਲਿਆ ਸੀ ਹੁਣ ਮੈਂ ਤੁਰ ਕੇ ਸੀ ਤੇ ਹੁਣ ਮੋਟਰਸਾਈਕਲ ਦੇ ਮੈਂ ਕਿਹੜਾ ਹੋਰ ਵੀ ਕੋਈ ਹੋ ਸਕਦਾ ਭਈ ਝਾੜੂ ਵਾਲਾ ਸੀ ਉੱਥੇ ਕੱਲਾ ਗਲੀ ਜਦੋਂ ਬੌਕਰ ਮਾਰਦੇ ਉਹ ਬੰਦਾ ਉਹ ਮੇਰੇ ਨਾਲ ਦੇ ਉਹਦੇ ਕੋਲ ਵੀ ਸਾਧਨ ਨਹੀਂ ਸੀ ਇਹਨੇ ਟੱਪ ਗਏ ਭਈ ਰੋ ਕੇ ਡਰਾਮੇ ਨਾ ਕਰ ਕੁਛ ਨਹੀਂ ਹੋਇਆ ਤੇਰੀ ਸਰਵਿਸ ਪੱਕੀ ਨਹੀਂ ਟੀਕੇ ਲਾ ਕੇ ਜਿਹੜਾ ਫੜਿਆ ਗਿਆ ਤੇਰੇ ਕੋਲ ਕੀ ਕਰਦਾ ਬੇਟਾ ਚਿੱਟਾ ਲਾਉਂਦਾ ਹਾਂਜੀ ਭਈ ਹਾਂਜੀ ਕੀ ਕਰਦਾ मोटरसाइकिल केड़ी कंपनी दे ਇੱਕ ਨਾਮ ਪਰ ਚੱਕੇ ਚ ਅੱਛਾ ਤੇ ਇੱਕ ਹੋਰ ਚੱਕੇ ਨਾਂ ਜੀ ਨਾਂ ਜੀ ਇਧਰ ਹੈ ਸੂਰਜ ਕੁਮਾਰ ਸੂਰਜ ਕੁਮਾਰ ਕਿੱਥੇ ਰਹਿਣਾ ਖਾਦਾ ਕੀ ਗਲੀ ਗਲੀ ਹੈ ਜੀ ਪੜਤਾਲੇ ਗਲੀ ਹੈ ਇੱਥੋਂ ਇਹਨੇ ਚੱਕਿਆ ਠੀਕ ਹੈ ਇਹ ਦੱਸ ਨਹੀਂ ਰਿਹਾ ਵੀ ਕਿਵੇਂ ਲੋਕ ਖੋਲਿਆ ਰੋੜ ਕੇ ਲੈ ਗਿਆ ਉਹ ਸ਼ਿਵ ਮੰਦਿਰ ਤਾਂ ਹੀ ਰੋੜ ਦਾ ਲੱਗਿਆ ਉੱਥੇ ਜਾ ਕੇ ਗਲਣਾ ਉਠਾਲਿਆ ਨੇ ਇਹਨੂੰ ਅੱਗੋਂ ਅੱਗੋਂ ਮਤਲਬ ਕਿ ਇਹਨੂੰ ਘੇਰਿਆ ਸੁੱਟਿਆ ਹੁਣ ਇਹ ਦੱਸ ਹੈ ਇਹ ਇਕੱਲਾ ਹੀ ਦੱਸ ਰਿਹਾ ਆਪਦੇ ਆਪ ਨੂੰ ਪਰ ਇਕੱਲੇ ਦਾ ਗਲਣ ਹੈ ਨਹੀਂ ਇਹ ਦੱਸ ਰਿਹਾ ਵੀ ਕੋਈ ਪੁੱਛੋ ਕੈਂਚੀ ਆ ਤੇ ਸਨੀ ਹੈ ਜਿਹਨੂੰ ਜਾ ਕੇ ਅਸੀਂ ਹਰੇਕ ਚੀਜ਼ ਦਿੰਦੇ ਹਾਂ ਵੇਚਦੇ ਹਾਂਜੀ ਪਹਿਲੇ ਕਵਾੜ ਦਾ ਕੰਮ ਕਰਦਾ ਬਿਲਕੁਲ ਕੀ ਕੰਮ ਕਰਦਾ ਉਹ ਜਿਹਨੂੰ ਵੇਚਦੇ ਕਵਾੜ ਤੋਂ ਹੋਰ ਕੀ ਕਰਦਾ ਉਹ ਕਾਹਦਾ ਕੰਮ ਬਸਾਈ ਮੋਟੋ ਮੋਟੋ ਸੰਗ ਲੈ ਕੇ ਕਿੱਦਾਂ ਵੇਚਦੇ ਕਾਹਾਂ ਵੇਚਦੇ ਹਾਂ ਮੈਥੋਂ ਨਹੀਂ ਇਕੱਲੇ ਤੋਂ ਲੈਂਦੇ ਹੀ ਵਾਲ ਹੋਰ ਮੁੰਡਿਆਂ ਤੋਂ ਵੀ ਲੈਂਦੇ ਹੀ ਹੋਰ ਮੁੰਡਿਆਂ ਤੋਂ ਵੀ ਲੈਂਦਾ ਇਹ ਥੋੜੇ ਤੂੰ ਕਿੰਨੇ ਵੇਚੇ ਹੁਣ ਤੱਕ ਮੋਟਰਸਾਈਕਲ ਜੀ ਦੋ ਵੇਚੇ ਦੋ ਵੇਚੇ ਉਹਨੂੰ ਕਿੱਥੋਂ ਚੋਰੀ ਕੀਤੇ ਸੀ ਤੂੰ ਇੱਕ ਕਿਲਾ ਰੋਡ ਤੋਂ ਹੋਰ ਦੂਸਰਾ ਇੱਕ ਰਾਮਪੁਰੇ ਰਾਮਪੁਰੇ ਦੋ ਚੋਰੀ ਕਰਕੇ ਕਿੰਨੇ ਕਿੰਨੇ ਤੇ ਵੇਚਦਾ ਫਿਰ ਅੱਗੇ ਹਾਂਜੀ ਕਿੰਨੇ ਦਾ ਵੇਚਦਾ ਤਿੰਨ ਤਿੰਨ ਚਾਰ ਚਾਰ ਹੈ ਚਾਰ ਚਾਰ ਸਿਰਫ 4000 ਦਾ ਇਹ ਤੁਹਾਨੂੰ ਫੜਾਏ ਆ ਬੰਦਾ ਕਿੰਨੀ ਉਮਰ ਹੈ ਇਹ ਕਿੰਨਾ ਕੀ ਤੁਹਾਡੇ ਕੋਲ ਕੰਪਲੀਟ ਆਈ ਹੈ ਜਦੋਂ ਪਹੁੰਚੀ ਹੈ ਕਿੰਨਾ ਨਹੀਂ ਆ ਕੰਪਲੀਟ ਆਈ ਹੈ ਵੀ ਆ ਬੱਚਾ ਕੋਈ ਚੋਰੀ ਮੋਟਰਸਾਈਕਲ ਚੋਰੀ ਕਰਦਾ ਫੜਿਆ ਜੀ ਇੱਥੇ ਅੱਛਾ ਤੇ ਆਪਾਂ ਹੁਣ ਇਹਨੂੰ ਕੋਤਵਾਲੀ ਲੈ ਜੰਨੇ ਆ ਜੀ ਆ ਅੱਗੇ ਜਾ ਕੇ ਜੋ ਵੀ ਦੱਸੂਗਾ ਅੱਛਾ ਇਸ ਹਿਸਾਬ ਨਾਲ ਕਰਵਾਈ ਕਿੰਨੀ ਕੁ ਉਮਰ ਇਹਦੀ ਦੇਖੋ ਆ 17 ਸਾਲ ਦਾ ਹੋਣਾ ਬੱਚਾ ਮੋਟਰਸਾਈਕਲ ਚੋਰੀ ਕਰਦਾ ਜਿਹੜੇ ਵੇਚਦਾ ਜਿਹਨੂੰ ਵੇਚੇ ਜਾਂਦੇ ਆ ਪਤਾ ਕੀ ਗੱਲ ਆ ਹੁਣ ਪਤਾ ਲੱਗ ਜੂ ਉਹ ਬੰਦਾ ਅਲਰਟ ਹੋ ਜੂਗਾ ਜਿਹਨੂੰ ਵੇਚੇ ਅੱਗੇ 5-5 ਹਜ਼ਾਰ ਦਾ ਮੋਟਰਸਾਈਕਲ ਵੇਚਦੇ ਆ ਦੇਖੋ 50-50 ਹਜ਼ਾਰ ਦੇ ਮੋਟਰਸਾਈਕਲ ਹੈ ਹਾਂਜੀ ਸਰ ਜੀ ਆਪਾਂ ਕੇਰਾਂ ਨੂੰ ਕੋਤਵਾਲੀ ਲੈ ਜੰਨੇ ਅੱਛਾ ਅੱਗੇ ਜਾ ਕੇ ਵੇਖੋ ਜੋ ਵੀ ਕਾਰਵਾਈ ਜੇ ਤੁਸੀਂ ਹੁਣ ਫੋਨ ਕਰ ਦੋ ਉੱਥੇ ਪੁੱਛੋ ਤਾਂ ਉਹ ਬੰਦਾ ਫੜਿਆ ਜਾ ਸਕਦਾ 1 ਮਿੰਟ ਕੋਤਵਾਲੀ ਲੈ ਜੰਨੇ ਜੀ ਉਹਨੂੰ ਆਪਾਂ 2 ਮਿੰਟ ਲੱਗਣੇ ਕੋਤਵਾਲੀ ਜਾ ਸਰਿੰਜਾਂ ਵੀ ਮਿਲੀਆਂ ਕੋਈ ਨਸ਼ਾ ਵੀ ਮਿਲਿਆ ਠੀਕ ਹੈ ਸਰ ਨਹੀਂ ਮਿਲਿਆ ਸਰਿੰਜਾਂ ਤੁਸੀਂ ਦੇਖਿਆ ਆਪਾਂ ਨੂੰ ਇਹ ਕਿੱਥੇ ਕੀ ਕੁਝ ਮਿਲਿਆ ਦੇਖਿਆ ਸਰਿੰਜ ਮਿਲੀ ਹੈ ਚਾਬੀ ਵੀ ਸਰਿੰਜ ਹੈ ਦੇਖੋ ਚਾਬੀ ਕਿੱਥੇ ਹੈ ਆਹ ਚਾਬੀ ਕਿੱਥੇ ਡੁਪਲੀਕੇਟ ਸਿਲਵਰ ਰੋਲ ਵੀ ਇਹਦੇ ਕੋਲੇ ਨਹੀਂ ਸਿਲਵਰ ਰੋਲ ਨਹੀਂ ਤੂੰ ਪੜਦਾ ਨਹੀਂ ਹੈਗੀ ਆ ਛਿੱਤਰ ਪੈਣਗੇ ਫਿਰ ਵੇਲਾ ਅਰੇ ਪੈਂਟ ਲਾ ਲਾਂਗੇ ਕੱਢ ਦੇ ਜੋ ਕੁਛ ਆ ਇਹ ਕੀ ਆਈਡੈਂਟੀ ਕਾਰਡ ਗਾਰੰਟੀ ਕਾਰਡ ਨਹੀਂ ਮੋਟਰ ਹੈ ਨਹੀਂ ਕੱਢੀ ਗੱਲ ਲੋ ਕੱਟਣ ਵਾਲੇ ਇਹਦੇ ਨਾਲ ਕੀ ਕੱਟਦਾ ਸੀ ਇਹਦੇ ਨਾਲ ਕੀ ਕੱਟਦਾ ਹੁੰਦਾ ਇਹਦੇ ਨਾਲ ਹੋਰ ਹੈਗਾ ਜੇ ਨਾਮ ਦਰੂਦਮ ਜੀ ਬਾਦੀ ਆ ਜਾ ਚਾਬੀ ਆ ਚਾਬੀ ਆ ਚਾਬੀ ਆ ਚਾਬੀ ਆ ਚਾਬੀ ਆ ਉਹਦੇ ਤੇ ਤੈਨੂੰ ਕਈ ਨੇ ਕੱਟਿਆ ਨਹੀਂ ਤੂੰ ਹੈ ਮੇਰੇ ਜੀ ਉਹਦੇ ਤਾਂ ਯਾਦ ਨਹੀਂ ਤੇਰੇ ਯਾਦ ਨਹੀਂ ਗਿਆ ਉਹਦੀ ਮੁਰੰਮਤ ਕਰਨੀ ਹੈ ਹੋਰ ਮੈਂ ਦੇਖੋ ਜੀ ਮੇਰਾ ਤਾਂ ਆਪ ਮੁਬਾਰਕ ਹੋਏ ਨੇ ਸਰ ਜੀ ਬੰਦਲਾ ਦਾ ਦਿੱਤਾ ਜੀ ਜਿਹਨੂੰ ਫੋਟੋ ਇਹ ਪੁੱਛੋਗਾ ਜਿਹੜਾ ਲੜਾਈ ਹੈ ਉਹ ਹੱਥ ਪਾਓ
छोटी उम्र मोटरसाइकिल बठिंडा शहर मोटरसाइकिल चोरी होंगे शख्स है जेड़े फड़िया गया जिदे कोलो जेब दे विचो टीके तक मिले है जिवें दस्से ने नशे दा आदि नशा लियाउण वास्ते मोटरसाइकिल चोरी करके अगे उहनूं 3 to 4 हज़ार रुपए दे विच अगे वेचा जांदा सी। लोकां ने फड़ के पुलिस दे हवाले कर दिता। दुकान का थी अपनी मेरी हैंडलूम भी है जी। अच्छा इतने जो देखे किन्ने सामने।